ਪਾਕਿਸਤਾਨ ਐਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਡਾਕਟਰ ਆਮੀਰ ਅਹਿਮਦ ਨੇ ਦੁਨੀਆ ਭਰ ਵਿੱਚ ਵਸਦੇ ਸਿੱਖ ਭਾਈਚਾਰੇ ਤੋਂ ਪਾਕਿਸਤਾਨ ਵਿੱਚ ਨਵੰਬਰ ਮਹੀਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਭਾਰੀ ਉਤਸ਼ਾਹ ਨਾਲ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਸੰਬੰਧੀ ਸੁਝਾਅ ਮੰਗੇ ਹਨ। ਸ੍ਰੀ ਅਕਾਲ, ਮੇਰਾ ਨਾਮ ਡਾਕਟਰ ਆਮੀਰ ਅਹਿਮਦ ਹੈ ਜੀ। ਮੈਂ ਰੀਸੈਂਟਲੀ ਪਾਕਿਸਤਾਨ ਦੇ ਐਵੈਕਿਊ ਪ੍ਰਾਪਰਟੀ ਟਰੱਸਟ ਬੋਰਡ ਦਾ ਚੇਅਰਮੈਨ ਤਾਇਨਾਤ ਹੋ ਕੇ ਅਤੇ ਇੱਥੇ ਆਪਣੇ ਫਰਾਇਜ਼ ਸੰਭਾਲੇ ਨੇ। ਮੈਂ ਅੱਜ ਤਮਾਮ ਸਿੱਖ ਬਰਾਦਰੀ ਡਾਇਸਪੋਰਾ ਇਨ ਕੈਨੇਡਾ ਐਂਡ USA ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਵਾਂ ਔਰ ਉਹਨਾਂ ਨੂੰ ਇਹ ਪੈਗਾਮ ਦੇਣਾ ਚਾਹੁੰਦਾ ਵਾਂ ਕਿ ਪਾਕਿਸਤਾਨ ਸਿੱਖ ਕਮਿਊਨਿਟੀ ਵਾਸਤੇ ਕਰਤਾਰਪੁਰ ਕੋਰੀਡੋਰ ਦਾ ਇੱਕ ਤੋਹਫ਼ਾ ਪੇਸ਼ ਕਰ ਰਿਹਾ ਅਤੇ ਇਨਸ਼ਾਅੱਲਾ ਨਵੰਬਰ ਦੇ ਵਿੱਚ ਇਹ ਚਾਲੂ ਹੋ ਜਾਏਗਾ। ਐਂਡ ਵੀ ਵੁੱਡ ਲਾਈਕ ਐਂਡ ਵੀ ਵੁੱਡ ਅਪਰੀਸ਼ੀਏਟ ਕਿ ਤਮਾਮ ਸਿੱਖ ਬਰਾਦਰੀ ਬਾਬਾ ਗੁਰੂ ਨਾਨਕ ਸਾਹਿਬ ਦੀ ਆਖਰੀ ਆਰਾਮਗਾਹ ਦੇ ਉੱਤੇ ਜ਼ਰੂਰ ਤਸ਼ਰੀਫ ਲਿਆਉਣ। ਵੀ ਆਰ ਲੁਕਿੰਗ ਫਾਰਵਰਡ ਟੂ ਹੋਸਟਿੰਗ ਯੂ ਇਨ ਪਾਕਿਸਤਾਨ। ਪਾਕਿਸਤਾਨ ਗਵਰਨਮੈਂਟ ਇਜ਼ ਟਰਾਇੰਗ ਇਟਸ ਬੈਸਟ ਟੂ ਪ੍ਰੋਵਾਈਡ ਯੂ ਆਲ ਪੋਸੀਬਲ ਫੈਸਿਲਿਟੀਜ਼ ਐਂਡ ਟੂ ਮੇਕ ਯੂਰ ਸਟੇ ਇਨ ਪਾਕਿਸਤਾਨ ਮੈਮਰੇਬਲ ਐਂਡ ਰਿਲੀਜੀਅਸਲੀ ਇੰਪੋਰਟੈਂਟ। ਇਹਦੇ ਇਲਾਵਾ ਗੁਰੂ ਨਾਨਕ ਸਾਹਿਬ ਦੀ 550ਵੀਂ ਸਾਲਗਿਰਾ ਦੇ ਮੌਕੇ ਦੇ ਉੱਤੇ ਮੈਂ ਤੁਹਾਨੂੰ ਸਭ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਵਾਂ ਔਰ ਨਾਲ ਹੀ ਇਹ ਰਿਕੁਐਸਟ ਕਰਨਾ ਚਾਹੁੰਦਾ ਵਾਂ ਕਿ ਪਲੀਜ਼ ਕਮ ਟੂ ਪਾਕਿਸਤਾਨ, ਪਲੀਜ਼ ਵਿਜ਼ਿਟ ਯੋਰ ਰਿਲੀਜੀਅਸ ਸਾਈਟਸ। ਸਾਡੇ ਲਈ ਵੀ ਇਹ ਉਨੀਆਂ ਹੀ ਇੰਪੋਰਟੈਂਟ ਨੇ। ਅਸੀਂ ਇਹਨਾਂ ਦੀ ਦੇਖਭਾਲ ਦਾ ਮੁਕੰਮਲ ਖਿਆਲ ਕਰ ਰਹੇ ਹਾਂ ਐਂਡ ਅਸੀਂ ਤੁਹਾਡੀ ਇੱਥੇ ਆਮਦ ਨੂੰ ਔਰ ਇੱਥੇ ਸਟੇਅ ਨੂੰ ਕੰਫਰਟੇਬਲ ਔਰ ਮੈਮਰੇਬਲ ਬਣਾਉਣ ਵਾਸਤੇ ਭਰਪੂਰ ਕੋਸ਼ਿਸ਼ ਕਰਾਂਗੇ। ਇਫ ਦੇਰ ਆਰ ਐਨੀ ਆਈਡੀਆਜ਼ ਐਂਡ ਐਨੀਥਿੰਗ ਦੈਟ ਯੂ ਵਾਂਟ ਟੂ ਸ਼ੇਅਰ ਵਿਦ ਅਸ, ਪਲੀਜ਼ ਫੀਲ ਫਰੀ ਟੂ ਵਿਜ਼ਿਟ ਆਰ ਵੈਬਸਾਈਟ ETPB ਦੀ ਵੈਬਸਾਈਟ ਦੇ ਉੱਤੇ। ਸਾਨੂੰ ਜਿਹੜੀ ਸੁਜੈਸ਼ਨ ਤੁਸੀਂ ਦਿਓਗੇ ਅਸੀਂ ਉਹਨਾਂ ਨੂੰ GIਆਂ ਨੂੰ ਕਹਾਂਗੇ ਐਂਡ ਵੀ ਵਿਲ ਟਰਾਈ ਟੂ ਮੇਕ ਯੋਰ ਰਿਲੀਜੀਅਸ ਐਕਸਪੀਰੀਅੰਸ ਅ ਗ੍ਰੇਟ ਐਕਸਪੀਰੀਅੰਸ।